عند أبرارهم. ਅੱਜ ਕੱਲ ਦੇ ਮਾਹੌਲ ਨੂੰ ਮੁੱਖ ਰੱਖਦੇ ਹੋਏ ਅਤਿਆਤਨ ਤੌਰ ਤੇ ਇਹ ਜਿਹੜੀ ਚੈਕਿੰਗ ਕੀਤੀ ਗਈ ਹੈ ਅਚਨਚੇਤ, ਇਹ ਤੋਂ ਇਲਾਵਾ ਵੀ ਚੈਕਿੰਗ ਕੀਤੀ ਜਾਂਦੀ ਆ ਡੇ ਟੂ ਡੇ, ਪਰ ਅੱਜ ਕੁਝ ਸਪੈਸ਼ਲ ਚੈਕਿੰਗ ਕੀਤੀ ਗਈ ਆ, ਫਿਰ ਵੀ ਕੋਈ ਇਹੋ ਜਿਹੀ ਚੀਜ਼ ਬਰਾਮਦ ਨਹੀਂ ਹੋਈ ਜਾਂ ਕੋਈ ਇਹੋ ਜਿਹਾ ਨਹੀਂ ਮਿਲਿਆ ਜਿਹੜਾ ਇਤਰਾਜ਼ਪੂਰਨ ਨਿਕਲਿਆ ਨਹੀਂ, ਪਰ ਇਹ ਜ਼ਰੂਰੀ ਆ। ਹੋ ਸਕਦਾ ਕੋਈ ਬੱਸ 'ਚ ਲਵਾਰਸ ਬੈਗ ਰੱਖ ਗਿਆ ਹੋਵੇ, ਕੋਈ ਥੱਲੇ ਉੱਤਰ ਜੇ ਕੋਈ ਨਾ ਦੱਸੇ ਕਿਸੇ ਨੂੰ ਕੋਈ ਵਿਸਫੋਸ਼ਕ ਪਦਾਰਥ ਹੋ ਜਾਵੇ ਜਾਂ ਇਸ ਤੋਂ ਕੋਈ ਇਹੋ ਜਿਹੀ ਚੀਜ਼ ਹੋ ਸਕਦੀ। ਦੇਖੋ ਜੀ, ਹਜ਼ਾਰਾਂ ਦੀ ਗਿਣਤੀ ਜੋ ਸਵੇਰੇ ਅਤੇ ਸ਼ਾਮ ਨੂੰ ਲੋਕ ਕੰਟੀਨਿਊ ਆਉਂਦੇ, ਕਿਉਂਕਿ ਇਹ ਇੱਕ ਧਾਰਮਿਕ ਸਥਾਨ ਆ ਦਰਬਾਰ ਸਾਹਿਬ, ਦੁਰਗਿਆਣਾ ਮੰਦਰ, ਜਲਿਆਂਵਾਲਾ ਬਾਗ ਕਰਕੇ ਇੱਥੇ ਲੋਕਾਂ ਦਾ ਆਮ ਜਮਾਵੜਾ ਰਹਿੰਦਾ। ਬਿਲਕੁਲ ਹਾਂ ਜੀ, ਸੱਲੀ ਪੂਰਕ ਆ। ਹਾਂਜੀ ਹਾਂਜੀ, ਚਾਹ ਪੀਏ ਫਿਰ ਦੁਬਾਰਾ ਅੱਧੇ ਘੰਟੇ ਬਾਅਦ ਫਿਰ ਆਪਾਂ ਤੋਰਾਂਗੇ। ਅੰਮ੍ਰਿਤਸਰ ਬੱਸ ਸਟੈਂਡ 'ਤੇ ਅੱਜ ਪੁਲਿਸ ਵੱਲੋਂ ਸਰਚ ਆਪਰੇਸ਼ਨ ਚਲਾਇਆ ਗਿਆ, ਲੇਕਿਨ ਜਿਸ ਹਿਸਾਬ ਨਾਲ ਇਹ ਸਰਚ ਆਪਰੇਸ਼ਨ ਸੀਗਾ ਉਹ ਤਸੱਲੀ ਬਖਸ਼ ਨਜ਼ਰ ਨਹੀਂ ਆਇਆ, ਕਿਉਂਕਿ ਇਸ ਬੱਸ ਸਟੈਂਡ ਤੋਂ ਹਜ਼ਾਰਾਂ ਦੀ ਗਿਣਤੀ ਨਾਲ ਰੋਜ਼ਾਨਾ ਯਾਤਰੀ ਯਾਤਰਾ ਕਰਦੇ ਨੇ, ਕਿਉਂਕਿ ਅੰਮ੍ਰਿਤਸਰ ਇੱਕ ਇਹੋ ਜਿਹਾ ਸਪੋਟ ਹੈਗਾ ਜਿੱਥੇ ਗੋਲਡਨ ਟੈਂਪਲ, ਦੁਰਗਿਆਣਾ ਮੰਦਰ ਔਰ ਬਾਰਡਰ ਨੂੰ, ਅਟਾਰੀ ਬਾਗ ਬਾਰਡਰ ਨੂੰ ਰੀਟ੍ਰੀਟ ਸੈਰੇਮਨੀ ਦੇਖਣ ਨੂੰ ਜੋ ਸੈਲਾਨੀ ਜਾਂਦੇ ਨੇ, ਉਹਨਾਂ ਦੇ ਮੁਤਾਬਕ ਇੱਥੋਂ ਡੇਲੀ ਹਜ਼ਾਰਾਂ ਦੀ ਗਿਣਤੀ ਨਾਲ ਜੋ ਲੋਕ ਸਫ਼ਰ ਕਰਦੇ ਨੇ ਉਸ ਮੁਤਾਬਕ ਜੇ ਦੇਖਿਆ ਜਾਵੇ ਤਾਂ ਜਿੰਨੀ ਕੁ ਨਫਰੀ ਲੈ ਕੇ ASI ਸਾਹਿਬ ਨੇ ਸਰਚ ਆਪਰੇਸ਼ਨ ਕੀਤਾ ਸੀਗਾ ਉਹ ਮੀਡੀਆ ਦੀ ਨਜ਼ਰ ਨਾਲ ਤਸੱਲੀ ਨਹੀਂ ਸੀ। ਰਿਸ਼ਪਾਲ ਸਿੰਘ, ਡੇ 24 ਨਿਊਜ਼, ਅੰਮ੍ਰਿਤਸਰ। ਮੇਰੀ ਮਾਂ